चंडीगढ़ में सीएम भगवंत मान प्रेस कॉन्फ्रेंस कर रहे हैं। खिलाड़ियों को लेकर ये प्रेस कॉन्फ्रेंस की जा रही है, सीधा रुख करेंगे। कोई कोई चिट्टे दा कोई ਜਿਹੜੇ ਸਮਗਲਰ ਨੇ ਉਹ ਭੇਜਦੇ ਆ ਜਦੋਂ ਜੇ ਕੋਈ ਉਹਨਾਂ ਦਾ ਜਿਹੜਾ ਭੇਜਿਆ ਹੋਇਆ ਕੋਰੀਅਰ ਉਹ ਆ ਗਿਆ ਵਾਪਸ ਅਸੀਂ ਮੈਂ ਨਹੀਂ ਵੇਚਿਆ ਜੀ ਉਹ ਕਹਿੰਦੇ ਕਿਉਂ ਨਹੀਂ ਵੇਚਦਾ ਉਹ ਕਹਿੰਦੇ ਖਰੀਦਣ ਵਾਲਾ ਹੀ ਨਹੀਂ ਹੈਗਾ ਮੂਹਰੇ ਕੋਈ ਸਾਰੇ ਤਾਂ ਗਰਾਊਂਡਾਂ 'ਚ ਫਿਰਦੇ ਨੇ ਆਹ ਸਾਡਾ ਥੋੜ੍ਹਾ ਪਲੈਨ ਹੈ ਕਿ ਘੱਟੋ ਘੱਟ ਪੁਰਾਣਿਆਂ ਨੂੰ ਤਾਂ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਤਾਂ ਮਰੀਜ਼ ਸਮਝ ਕੇ ਇਲਾਜ ਕਰਾਵਾਂਗੇ ਉਹਨਾਂ ਨੂੰ ਸਾਈਕਾਟ੍ਰਿਸਟ ਵੀ ਦੇਵਾਂਗੇ ਉਹਨਾਂ ਨੂੰ ਵੀ ਦੇਖਾਂਗੇ ਕੋਈ ਗੱਲ ਨਹੀਂ ਮਾੜਾ ਫੇਜ਼ ਆ ਜਾਂਦਾ ਲਾਈਫ 'ਚ ਕਈ ਵਾਰੀ ਆ ਜਾਓ ਵਾਪਸ ਆ ਜਾਓ ਸਮਾਜ 'ਚ ਨੌਕਰੀਆਂ ਵੀ ਦੇਵਾਂਗੇ ਕੰਮ 'ਤੇ ਲਾਵਾਂਗੇ ਪਰ ਨਵੇਂ ਨਾ ਹੋਰ ਜਾਣ ਉਹਦੇ ਵਿੱਚ ਉਹ ਵੀ ਰੋਕਾਂਗੇ ਨਾਲ ਸੋ ਇਹਦੇ ਵਾਸਤੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਹੈ ਕੋਈ ਹੋਰ ਜਿੰਨੇ ਮਰਜ਼ੀ ਓਪਰੇਸ਼ਨ ਚਲਾ ਲਓ ਉਹ ਉਹਨੂੰ ਉਹ 'ਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਖੇਡਾਂ ਦਾ ਹੋ ਸਕਦਾ ਬਸ ਸਪੋਰਟਸ ਕਰ ਸਕਦੀ ਹੈ ਕੰਮ ਜਦੋਂ ਸਪੋਰਟਸ ਵਾਲੇ ਪਾਸੇ ਬੱਚਿਆਂ ਨੂੰ ਕਲਚਰ ਪੈਦਾ ਹੋ ਗਿਆ ਤਾਂ ਉਹ ਨਹੀਂ ਕਿਤੇ ਜਾਂਦੇ ਉਹ ਨਾਲ 5-7 ਨੂੰ ਹਟਾਉਣਗੇ ਵੀ ਆ ਜਾ ਤੂੰ ਮੇਰੇ ਨਾਲ ਭੱਜਿਆ ਕਰ ਮੈਂ ਤੈਨੂੰ ਲੈ ਕੇ ਜਾਊਂ ਕੋਈ ਗੱਲ ਨਹੀਂ ਤੂੰ ਆ ਜਾ ਸੋ ਇਹ ਕਲਚਰ ਡਿਵੈਲਪ ਕਰਨਾ ਹੈ ਸਪੋਰਟਸ ਕਲਚਰ ਜਿਹੜਾ ਸੋ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੁਸੀਂ ਜਿਹੜੀ ਮੈਨੂੰ ਦਿੱਤੀ ਹੈ ਉਹ ਜ਼ਿੰਮੇਵਾਰੀ ਨਿਭਾ ਵੀ ਰਹੇ ਹਾਂ ਬਾਕੀ ਜਿਹੜੇ ਬੋਲਣ ਵਾਲੇ ਨੇ ਉਹ ਵੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਉਹਨਾਂ ਨੇ ਨੁਕਸ ਕੱਢਣਾ ਹੁੰਦਾ ਕੱਢੀ ਜਾਣ ਤੜਕੀ ਉੱਠ ਕੇ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਕੱਢੀ ਜਾਓ ਪਹਿਲਾਂ ਭਗਵੰਤ ਮਾਨ ਬਹੁਤ ਵਧੀਆ ਸੀ ਜਦੋਂ ਕਲਾਕਾਰ ਸੀ ਹੁਣ ਇਹਨਾਂ ਦੀਆਂ ਕੁਰਸੀਆਂ ਖੋਲੀਆਂ ਹੁਣ ਭਗਵੰਤ ਮਾਨ ਬਹੁਤ ਮਾੜਾ ਬੰਦਾ ਹੋ ਗਿਆ ਠੀਕ ਹੈ ਨਾ ਸੋ ਕਹੀ ਜਾਣ ਦੋ ਉਹਨਾਂ ਨੂੰ ਉਹਦਾ ਕੀ ਹੈ ਆਪਾਂ ਤਾਂ ਤੁਹਾਡੇ ਵਾਲੀ ਉਦਾਹਰਨ ਦੇ ਦਿੰਦਾ ਰੀਵਨ ਵੱਲ ਨਿਗਾਹ ਰੱਖਣੀ ਹੈ ਇਹ ਨਹੀਂ ਦੇਖਣਾ ਇੱਧਰਲੇ ਪਾਸੇ ਕਿੰਨੇ ਕਿੰਨੇ ਇੱਧਰਲੇ ਪਾਸੇ ਕਿੰਨੇ ਕਿੰਨੇ ਰੀਵਨ 'ਚ ਵੱਜੋ ਪਹਿਲਾਂ ਬਾਕੀ ਕੈਮਰੇ ਦੱਸਦੇ ਨੇ ਤੁਸੀਂ ਕਿੰਨੇ ਸਕਿੰਟ 'ਚ ਰੀਵਨ ਕੋਲ ਪਹੁੰਚੇ ਹੋ ਬਾਕੀ ਜਿਹੜੇ ਤੁਹਾਡੇ ਪਿੱਛੇ ਸੀ ਉਹ ਕਿੰਨੇ ਸਕਿੰਟ 'ਚ ਪਹੁੰਚੇ ਨੇ ਫਸਟ ਕੌਣ ਆਇਆ ਸੈਕਿੰਡ ਕੌਣ ਆਇਆ ਰੀਵਨ ਦੱਸੂਗਾ ਸੋ ਰੀਵਨ ਪਬਲਿਕ ਹੈ ਪੰਜਾਬ ਦੀ ਪਬਲਿਕ ਰੀਵਨ ਹੈ